ਜਿਵੇਂ ਤੁਸੀਂ ਕਿਹਾ ਕਿ ਸਿੱਖਿਆ ਸੁਧਾਰ, ਇਸ ਤੋਂ ਪਿਛਲੀਆਂ ਸਰਕਾਰਾਂ ਦਾਅਵੇ ਕਰਦੀਆਂ ਰਹੀਆਂ ਕਿ ਸਾਡੇ ਜਿਹੜਾ ਹੈ ਪੰਜਾਬ ਨੰਬਰ 1 ਤੇ ਹੈ ਜੀ। ਮੈਂ ਜ਼ਮੀਨੀ ਹਕੀਕਤ ਦੀ ਗੱਲ ਕਰੂੰਗਾ। ਮੈਨੂੰ ਇਹ ਜ਼ਿੰਮੇਦਾਰੀ ਮੇਰੇ ਮੁੱਖ ਮੰਤਰੀ ਸਾਹਿਬ ਨੇ ਜੁਲਾਈ 2022 'ਚ ਦਿੱਤੀ। ਮੇਰੇ ਲਈ ਇਹ ਮਹਿਕਮਾ ਇੱਕ ਬੜਾ ਹੀ ਪੁੰਨ ਵਾਲਾ ਕੰਮ ਹੈ, ਮੇਰੇ ਦਿਲ ਦੇ ਬਹੁਤ ਕਰੀਬ ਹੈ। ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਜਿੰਨੇ ਵੀ ਸਿੱਖਿਆ ਮੰਤਰੀ ਰਹੇ ਉਹਨਾਂ ਦੀ ਕੀ ਅਪਰੋਚ ਰਹੀ ਹੋਵੇ। ਠੀਕ ਹੈ। ਤਰਾਸਦੀ ਹੈ ਕਿ ਇਸ ਨੂੰ ਸਿਰਫ ਇੱਕ ਧਰਨੇ ਵਾਲਾ ਮਹਿਕਮਾ, ਹਮੇਸ਼ਾ ਤੁਹਾਡੇ ਮੰਚ ਤੋਂ ਵੀ ਵਾਰ ਵਾਰ ਬੋਲਿਆ ਤੇ ਜਿੱਥੇ ਵੀ ਮੈਨੂੰ ਮੌਕਾ ਮਿਲਦਾ, ਠੀਕ ਹੈ, ਮੇਰਾ ਇਹ ਕਿ ਸਿਰਫ ਇਸ ਨੂੰ ਧਰਨੇ ਵਾਲਾ ਮਹਿਕਮਾ ਮੰਨਿਆ ਗਿਆ। ਪਰ ਮੈਨੂੰ ਜਿਵੇਂ ਤੁਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਪੰਜਾਬ ਦਾ ਭਵਿੱਖ, ਠੀਕ ਹੈ, ਸਾਡੇ ਮੁਲਕ ਦਾ ਭਵਿੱਖ ਇਸ ਮਹਿਕਮੇ ਤੇ ਨਿਰਭਰ ਹੈ। ਤੇ ਜੋ ਹਾਲਾਤ ਸੀਗੇ, ਮੈਂ ਤੁਹਾਨੂੰ ਇਹ ਨਹੀਂ ਜਾ ਕੇ, ਆਪ ਤੁਸੀਂ ਵੀ ਪਿੰਡਾਂ ਚੋਂ ਆਉਂਦੇ ਹੋ ਗੌਰਵ, ਤੁਸੀਂ ਵੀ ਸਾਰਾ ਦਿਨ ਘੁੰਮਦੇ ਰਹਿੰਦੇ ਹੋ, ਤੇ ਹਾਲਾਤ ਇਹ ਸੀ ਕਿ ਪੰਜਾਬ 'ਚ 19,190 ਸਕੂਲ ਹੈ। ਠੀਕ ਹੈ। 19,190 ਸਕੂਲਾਂ ਦੇ ਵਿੱਚ ਬਹੁਤੇ ਜਿਹੜੇ ਸਕੂਲ ਹੈ ਪ੍ਰਾਇਮਰੀ ਸਕੂਲ ਹੈ, ਸਾਰੇ ਇਸ ਵਕਤ ਵੀ ਜਿੰਨੇ ਦਰਸ਼ਕ ਸੁਣ ਰਹੇ ਹੋਣਗੇ ਉਹ ਮਹਿਸੂਸ ਕਰਦੇ ਹੋਣਗੇ। ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਅਸੀਂ ਉਸ ਦਿਨ ਆਪਣੀ ਕਾਮਯਾਬੀ ਸਮਝਾਂਗੇ ਜਿਸ ਦਿਨ ਉਸ ਪਿੰਡ ਦੇ ਵਿੱਚ ਬੈਠੇ, ਚਾਹੇ ਉਹ ਗੁਰਦਾਸਪੁਰ ਦਾ ਪਿੰਡ ਹੈ, ਚਾਹੇ ਉਹ ਤਰਨ ਤਾਰਨ ਦਾ ਪਿੰਡ ਹੈ, ਚਾਹੇ ਉਹ ਫਾਜ਼ਿਲਕਾ ਦਾ ਪਿੰਡ ਹੈ, ਚਾਹੇ ਜਾਣੀ ਦੂਰ ਦੁਰਾਡਾ ਮੁਕਤਸਰ ਸਾਹਿਬ ਦਾ ਪਿੰਡ ਹੈ, ਜਿਸ ਦਿਨ ਉਸ ਪਿੰਡ ਦਾ ਸਕੂਲ ਸੁਧਰ ਗਿਆ, ਉਸ ਪਿੰਡਾਂ ਨੇ ਲੱਗੂਗਾ ਕਿ ਨਹੀਂ ਯਾਰ ਸਾਡਾ ਸਕੂਲ ਬਦਲਿਆ। ਜਦੋਂ ਪੰਜਾਬ ਦਾ ਉਸ ਦਿਨ ਸਮਝਾਂਗੇ ਕਿ ਵਾਕਈ ਜਿਹੜਾ ਪੰਜਾਬ ਦਾ ਜਿਹੜਾ ਆਪਾਂ ਸਿੱਖਿਆ ਮਾਡਲ ਉਹ ਠੀਕ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਆਂਕੜਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਤੁਸੀਂ ਨੰਬਰ 1, ਉਹਨਾਂ ਨੂੰ ਤਾਂ ਜਿਹੜਾ ਸਕੂਲ ਸਾਹਮਣੇ ਨਜ਼ਰ ਆ ਰਿਹਾ ਉਹ ਹੀ ਤਸਵੀਰ ਅਸਲੀ ਹੈ। ਬਿਲਕੁਲ ਸਹੀ ਗੱਲ ਹੈ, ਉਹਨੂੰ ਦੇਸੂਗਾ। ਹੁਣ ਅੱਜ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਉਹ ਦੇਖੋ ਬੜੀ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਜੀ, 19,190 ਸਕੂਲਾਂ ਦੇ ਵਿੱਚ 18,000 ਸਕੂਲਾਂ ਦੇ ਵਿੱਚ ਇਸ ਵਕਤ ਕੋਈ ਨਾ ਕੋਈ ਕੰਮ ਚੱਲ ਰਿਹਾ। ਜਿਵੇਂ ਮੈਂ ਇੱਕ ਮਿਸਾਲ ਦਿੰਦਾ, ਕੋਈ ਵੀ ਆਪਾਂ ਘਰ ਬਣਾਉਂਦੇ ਹਾਂ, ਤੁਸੀਂ ਆਪਣਾ ਘਰ ਹੈ, ਦਫ਼ਤਰ ਹੈ, ਸਭ ਤੋਂ ਪਹਿਲੀ ਚੀਜ਼ ਕੀ ਹੈ ਜੀ ਜਿਹੜੀ ਜ਼ਰੂਰੀ, ਉਹ ਚਾਰ ਦੀਵਾਰੀ। ਠੀਕ ਹੈ। ਤੇ ਆਪਾਂ ਕੋਈ ਜ਼ਮੀਨ ਵੀ, ਜੇਕਰ ਉਹ ਚਾਰ ਦੀਵਾਰੀ ਨਹੀਂ ਹੋਊਗੀ ਜੀ ਤਾਂ ਉਹਦਾ ਕੁਛ ਹੈ ਹੀ ਨਹੀਂ। ਹੁਣ ਟੀਚਰ ਪੜ੍ਹਾਊਗਾ ਕਿਵੇਂ? ਮੈਂ ਬਹੁਤ ਸਾਰੇ ਸਕੂਲਾਂ 'ਚ ਗਿਆ, ਜਦੋਂ ਮੈਂ ਜਾ ਕੇ ਟੀਚਰਾਂ ਨੂੰ ਪੁੱਛਿਆ, ਕਹਿੰਦੇ ਸਰ ਕਰੀਏ ਕੀ, ਚਾਰ ਦੀਵਾਰੀ ਹੈ ਨਹੀਂ, ਬੱਚੇ ਬਾਹਰ ਘੁੰਮਦੇ ਸਾਰਾ ਦਿਨ, ਸਾਨੂੰ ਤਾਂ ਬੱਚਿਆਂ ਦਾ ਖਿਆਲ ਰੱਖਣਾ ਪੈਂਦਾ, ਆਸ ਪਾਸ ਕੋਈ ਸੜਕ ਹੈ, ਕੋਈ ਹੋਰ ਹੈ, ਕੋਈ ਕੋਈ ਹਾਦਸਾ ਨਾ ਹੋ ਜੇ, ਕੋਈ ਕੁਛ ਨਾ ਹੋ ਜੇ, ਵੀ ਸਾਰਾ ਦਿਨ ਤਾਂ ਇਹਦੇ 'ਤੇ ਲੱਗ ਜਾਂਦਾ। ਇਸ ਵਕਤ ਪੰਜਾਬ ਦੇ 7200 ਸਕੂਲਾਂ ਦੇ ਵਿੱਚ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ, ਮਤਲਬ ਹੈ ਹੀ ਨਹੀਂ ਸੀ। ਉਹਨਾਂ 7200 ਸਕੂਲਾਂ ਦੇ ਵਿੱਚੋਂ 1429 ਉਹ ਸਕੂਲ ਨੇ ਜਿਨ੍ਹਾਂ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਚਾਰ ਦੀਵਾਰੀ ਬਣ ਰਹੀ। ਬਾਕੀ ਕਿਤੇ ਕੰਧ ਛੋਟੀ ਹੈ, ਢਹਿ ਗਈ, ਕਦੀ ਪਰਵਾਹੀ ਨਹੀਂ ਹੋਈ, ਤਿੰਨ ਪਾਸੇ ਹੋ ਗਈ, ਇੱਕ ਪਾਸੇ ਰਹਿੰਦੀ ਸੀ। 7200 ਸਕੂਲਾਂ 'ਚ ਚੱਲਦਾ ਪਿਆ, 7200 ਦੇ ਵਿੱਚੋਂ 1429 ਸਕੂਲ, ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਸਕਦਾ ਪਹਿਲੀ ਵਾਰੀ। ਇੱਦਾਂ ਹੀ ਅਸੀਂ 8000 ਬਾਥਰੂਮ ਬਣਾ ਰਹੇ ਹਾਂ ਕਿ ਬੱਚੇ ਵੱਧ ਗਏ, ਕਦੀ ਬਾਥਰੂਮ ਇੱਕ, ਮੈਂ ਖਰੜ ਦੇ ਇੱਕ ਸਕੂਲ 'ਚ ਗਿਆ, ਡਬਲ ਸ਼ਿਫਟ ਸਕੂਲ ਆ ਉਹ, 3000 ਤੋਂ ਵੱਧ ਬੱਚੇ ਉੱਥੇ ਪੜ੍ਹਦੇ ਆ। ਮੈਂ ਜਦੋਂ ਬੱਚਿਆਂ ਨੂੰ ਪੁੱਛਿਆ, ਜਦੋਂ ਤੁਸੀਂ ਥੋੜਾ ਸਮਾਂ ਬਤਾਉਂਦੇ ਹੋ ਤਾਂ ਬੱਚੇ ਤੁਹਾਨੂੰ ਸਭ ਦੱਸਣ ਲੱਗ ਜਾਂਦੇ ਆ, ਉਹਨਾਂ ਨੂੰ ਕੌਨਫੀਡੈਂਸ ਆ ਜਾਂਦਾ ਜੇ ਫਰੈਂਡਲੀ ਤੁਸੀਂ ਉਹਨਾਂ ਨਾਲ ਫਰੈਂਡਲੀ ਤਾਂ ਬੱਚੇ ਸਭ। ਤਾਂ ਮੈਨੂੰ ਇੱਕ ਬੱਚੀ ਬੋਲੀ ਕਿ ਸਰ ਮੈਂ ਸਾਰਾ ਦਿਨ, ਤੁਸੀਂ ਦੇਖੋ ਸਕੂਲ ਲੱਗਦਾ ਸਵੇਰੇ 8 ਵਜੇ, 2 ਵਜੇ ਤੱਕ, ਅੱਜ ਕੱਲ੍ਹ ਉਹ 9:30 ਤੋਂ 3 ਵਜੇ ਤੱਕ, ਯਾਨੀ 7-8 ਘੰਟੇ ਬੱਚੇ ਨੂੰ ਸਕੂਲ 'ਚ ਰਹਿਣਾ ਪੈਂਦਾ। ਉਹ ਕਹਿੰਦੀ ਕਿ ਸਰ ਮੈਂ ਵਾਸ਼ਰੂਮ ਨਹੀਂ ਜਾ ਸਕਦੀ, ਇੱਕੋ ਹੀ ਬਾਥਰੂਮ ਹੈ ਲੜਕੀਆਂ ਲਈ। 3000 ਬੱਚੇ ਪੜ੍ਹਦੇ ਆ, 3000 ਚੋਂ 1500-1600 ਲੜਕੀਆਂ ਹੋਣਗੀਆਂ, ਉਹ ਇੰਨਾ ਗੰਦਾ ਹੁੰਦਾ ਕਿ ਮੈਂ ਜਾ ਨਹੀਂ ਸਕਦੀ। ਤੇ ਮੈਨੂੰ ਕਈ ਵਾਰੀ ਇੰਨੀ ਦਿੱਕਤ ਆਉਂਦੀ ਹੈ, ਜਦੋਂ ਹੀ ਛੁੱਟੀ ਹੁੰਦੀ ਹੈ ਮੈਂ ਸਭ ਤੋਂ ਪਹਿਲਾਂ ਘਰੇ ਜਾ ਕੇ ਵਾਸ਼ਰੂਮ ਜਾਂਦੀ ਹਾਂ। ਤੁਸੀਂ ਇਹ ਸੋਚੋ ਆਪਾਂ, ਤੇ ਹੁਣ ਉਸੇ ਕੰਮ 8000 ਨਵੇਂ ਵਾਸ਼ਰੂਮ ਬਣਾ ਰਹੇ ਹਾਂ, ਤਾਂ ਪਤਾ ਲੱਗਿਆ 229 ਸਕੂਲ ਏਦਾਂ ਦੇ ਸੀ ਜਿੱਥੇ ਬਾਥਰੂਮ ਹੀ ਨਹੀਂ ਸੀ। ਹੁਣ ਛੋਟਾ ਬੱਚਾ ਹੈ, ਇਹ ਸਾਡੇ ਹਾਲਾਤ ਸੀਗੇ। ਦੂਜੀ ਗੱਲ, ਹੁਣ ਅਸੀਂ ਮਿਸ਼ਨ ਸਮਰੱਥ 'ਤੇ ਵੀ ਕੰਮ ਕਰ ਰਹੇ ਹਾਂ। ਸਮਰੱਥ ਕੀ ਹੈ?
ਜੋ ਅੰਕੜਾ ਹੈ, ਜੋ ਪਿਛਲੀਆਂ ਸਰਕਾਰਾਂ ਕਹਿੰਦੀਆਂ ਕਿ ਅਸੀਂ ਨੰਬਰ 1 ਤੇ ਹੈ, ਜੋ ਤੁਸੀਂ ਉਹਦੀ ਰਿਪੋਰਟ ਪੜ੍ਹੋ, ਉਸ ਦੀ ਰਿਪੋਰਟ ਇਹ ਕਹਿੰਦੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 55% ਪੜ੍ਹਦੇ ਬੱਚੇ, ਜਿਵੇਂ ਉਸ ਜੇ ਭਾਵ ਉਹ ਪੰਜਵੀਂ ਜਮਾਤ 'ਚ ਹੈ ਤਾਂ ਉਹ ਤੀਜੀ ਜਮਾਤ ਦਾ ਟੈਕਸਟ ਨਹੀਂ ਪੜ੍ਹ ਪਾ ਰਹੇ। ਇਹ ਫੈਕਟ ਹੈ, ਉਹਨਾਂ ਨੂੰ ਬਸ ਪਾਸ ਕਰੀ ਜਾਂਦੇ। ਅਸੀਂ ਉਸਦੇ ਉੱਤੇ ਵੀ ਕੰਮ ਕਰ ਰਹੇ ਹਾਂ। ਕੱਲ੍ਹ ਇਹ ਇੰਨਾ, ਮੈਂ ਚੰਡੀਗੜ੍ਹ ਤੋਂ, ਮੈਂ ਤੁਹਾਨੂੰ ਵੀ ਕਿਸੇ ਦਿਨ ਬੇਨਤੀ ਕਰੂੰਗਾ, ਮੇਰੇ ਨਾਲ ਚੱਲਿਓ, ਸੈਕਟਰੀਏਟ ਤੋਂ 20 ਮਿੰਟ ਦੀ ਦੂਰੀ 'ਤੇ ਇੱਕ ਪਿੰਡ ਹੈ ਮਸੌਲ। ਮੈਂ ਉੱਥੇ ਕਦੀ ਅੱਜ ਤੱਕ ਕੋਈ ਨਹੀਂ ਗਿਆ, ਮੈਂ ਪਹਿਲੀ ਵਾਰੀ ਉੱਥੇ ਜਦੋਂ ਜਾ ਕੇ ਦੇਖਿਆ ਉਸ ਪਿੰਡ ਦੇ ਵਿੱਚ, ਯਾਨੀ ਇਲੈਕਸ਼ਨ ਵੇਲੇ ਹਰ ਯਾਨੀ ਮੀਡੀਆ ਹਾਊਸ ਉਸਨੂੰ ਕਵਰ ਕਰਦਾ, ਉਹਦੀ ਸਟੋਰੀ ਬਣਦੀ ਹੈ, ਠੀਕ ਹੈ। ਉਸ ਸਕੂਲ ਦੇ ਵਿੱਚ ਗਿਆ, ਸਕੂਲ ਨੂੰ 50 ਲੱਖ ਰੁਪਏ ਦਾ ਨਵਾਂ ਸਕੂਲ ਬਣਾ ਰਹੇ ਹਾਂ, 23 ਬੱਚੇ ਪੜ੍ਹਦੇ ਆ, ਕਿਉਂਕਿ ਕਦੀ ਕਿਸੇ ਨੇ ਨਾ ਕੋਈ ਅਫਸਰ ਵੀ ਨਹੀਂ ਗਿਆ ਹੋਣਾ, ਉਹ 23 ਦੇ 23 ਬੱਚਿਆਂ ਨੂੰ ਅੰਗਰੇਜ਼ੀ ਦਾ ਸਿੰਪਲ ਅਲਫਾਜ਼, ਪੰਜਵੀਂ ਚੌਥੀ ਤੀਜੀ ਚ ਦੂਜੀ ਚ ਪੜ੍ਹਦੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਕੈਟ ਲਿਖਿਆ ਬੈਟ ਲਿਖਿਆ, ਉਹ ਕਹਿੰਦੇ ਜੀ ਪੜ੍ਹਾਈ ਨਹੀਂ ਹੁੰਦੀ। ਦੋਨੋਂ ਟੀਚਰ ਸਸਪੈਂਡ ਕੀਤੇ, 50 ਲੱਖ ਰੁਪਇਆ ਸਕੂਲ ਦਿੱਤਾ, ਤੇ ਮੇਰਾ ਇਹ ਵਾਅਦਾ ਤੁਹਾਡੇ ਨਾਲ 2-3 ਮਹੀਨੇ ਚ ਉਹ ਸਕੂਲ ਤਿਆਰ ਕਰ ਦਾਂਗੇ। ਜਦੋਂ ਸਕੂਲ ਤਿਆਰ ਹੋਗਾ ਤੁਹਾਨੂੰ ਇਨਵਾਈਟ ਕਰਾਂਗੇ, ਤੇ ਬੱਚੇ ਉੱਥੇ 2 ਨਵੇਂ ਟੀਚਰ ਭੇਜੇ, ਮੋਬਾਈਲ ਦੀ ਰੇਂਜ ਨਹੀਂ ਹੈ। ਹੁਣ ਅਸੀਂ 19,190 ਸਕੂਲਾਂ ਚ ਵਾਈਫਾਈ ਲੱਗ ਰਿਹਾ, 5,000 ਚ ਲੱਗ ਚੁੱਕਿਆ। ਇਹ ਮੈਂ ਕੋਈ ਲੰਬੀਆਂ ਤਰੀਕਾਂ ਨਹੀਂ, 31 ਮਾਰਚ 2024 ਤੋਂ ਬਾਅਦ ਪੰਜਾਬ ਦਾ ਕੋਈ ਵੀ ਸਕੂਲ ਬਿਨਾਂ ਵਾਈਫਾਈ ਕਨੈਕਸ਼ਨ ਤੋਂ ਨਹੀਂ ਹੋਊਗਾ। ਪੰਜਾਬ ਦਾ ਕੋਈ ਵੀ ਸਕੂਲ 31 ਮਾਰਚ 2024 ਤੋਂ ਬਾਅਦ ਕੋਈ ਵੀ ਬੱਚਾ 1,000 ਦੇ 19,000 ਇਹ ਤੁਸੀਂ ਸਾਨੂੰ ਹੈਡਲਾਈਨ ਦੇ ਰਹੇ ਹੋ ਅੱਜ 100% ਇਹ ਮੇਰੇ ਤੱਕ ਹਰ ਸਕੂਲ ਚ ਵਾਈਫਾਈ, ਇਹ ਮੇਰੇ ਮੁੱਖ ਮੰਤਰੀ ਦੀ ਮੈਨੂੰ ਡੈਡਲਾਈਨ ਹੈ ਤੇ ਇਹ 100% ਡਿਲੀਵਰ ਕਰਾਂਗੇ, ਕੋਈ ਬਹਾਨਾ ਨਹੀਂ। ਠੀਕ, BSNL ਨਾਲ ਕੀਤਾ, ਜੇ ਕਿਤੇ ਕੋਈ ਖਰਾਬ ਵੀ ਹੁੰਦਾ ਤਾਂ ਸਾਡਾ ਆਪਣਾ ਕਾਲ ਸੈਂਟਰ ਅਸੀਂ ਆਪਣੇ ਸਿੱਖਿਆ ਵਿਭਾਗ ਦੇ ਵਿੱਚ ਬਣਾ ਰਹੇ ਹਾਂ, ਤਾਂ ਕਿ ਜੋ ਕੋਈ ਕੰਮ ਹੁੰਦਾ ਇਮੀਡੀਏਟਲੀ ਉਹ ਠੀਕ ਹੋਵੇ। ਨਾਲ ਹੀ ਤੁਹਾਨੂੰ ਇਹ ਵੀ ਦੱਸਦਾ, ਕੋਈ ਬੱਚਾ ਥੱਲੇ ਨਹੀਂ ਬੈਠੂਗਾ। 73,330 ਡੈਸਕਾਂ ਦੀ ਲੋੜ ਸੀ, ਉਹ ਅਸੀਂ ਲਾ ਕੇ 30% ਪਹੁੰਚ ਵੀ ਗਏ। 31 ਮਾਰਚ 2024 ਕੋਈ ਵੀ ਬੱਚਾ, ਦੇਖੋ ਸਕੂਲ ਦੇ ਵਿੱਚ ਕੀ ਕੁਛ ਚਾਹੀਦਾ, ਨਵੇਂ ਟੀਚਰ ਭਰਤੀ ਕਰ ਰਹੇ ਹਾਂ, 4 ਦੀਵਾਰੀ ਚਾਹੀਦੀ ਹੈ, ਫਰਨੀਚਰ ਚਾਹੀਦਾ, ਤੇ ਉਸ ਤੋਂ ਬਾਅਦ ਬਿਲਕੁਲ ਬੇਸਿਕ ਨੀਡਸ ਨੇ, ਉਸ ਤੋਂ ਅੱਗੇ ਜਾਈਏ ਬੁਨਿਆਦੀ ਢਾਂਚੇ ਸੀ ਜੀ, ਇਹਨਾਂ ਦੇ ਉੱਤੇ ਲੱਗੇ ਹੋਏ ਆ। ਤੇ ਹੋਰ ਵੀ, ਪਹਿਲੀ ਵਾਰੀ ਅੱਜ ਬਰਾੜ ਸਾਹਿਬ ਕਿ ਪੰਜਾਬ ਦੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ 500 ਤੋਂ ਵੱਧ ਬੱਚਾ ਹੈ, ਉੱਥੇ ਸਿਕਿਉਰਿਟੀ ਗਾਰਡ ਹੈ। ਤੁਸੀਂ ਕਲਪ, ਮੈਂ ਤੁਹਾਡੇ ਸ਼ੋਅ ਤੇ ਕਿਹਾ ਸੀ ਪਿਛਲੀ ਵਾਰੀ, ਅੱਜ ਉਹ ਐਗਜ਼ੀਕਿਊਟ ਹੋ ਚੁੱਕਿਆ। ਅੱਜ ਉਹ ਸਰਕਾਰੀ ਸਕੂਲਾਂ ਦੇ ਬਾਹਰ 2 ਸਿਕਿਉਰਿਟੀ ਗਾਰਡ ਖੜੇ ਆ। ਮਾਪਿਆਂ ਦੇ ਵਿੱਚ ਜੋ ਕੌਨਫੀਡੈਂਸ ਆਇਆ, ਜੋ ਬੱਚਿਆਂ ਵੀ ਅੱਛਾ, ਇੱਕ ਐਕਸ ਆਰਮੀ ਮੈਨ ਉੱਥੇ ਖੜਾ, ਜੋ ਬੱਚਿਆਂ ਨੂੰ ਸੜਕ ਪਾਰ ਕਰਾਉਣ, ਜੋ ਬੱਚਿਆਂ ਨੂੰ ਡਿਸਿਪਲਿਨ ਹੈ। ਪੰਜਾਬ ਦੇ 2,000 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚੋਂ 1,200 ਦੇ ਵਿੱਚ ਕੈਂਪਸ ਮੈਨੇਜਰ ਲੱਗ ਚੁੱਕੇ ਆ। ਹੁਣ ਟੀਚਰ ਨੂੰ ਪਰਵਾਹ ਕਰਨ ਦੀ ਲੋੜ ਨਹੀਂ ਕਿ ਅੱਛਾ ਕੂੜਾ ਨਹੀਂ ਚੱਕਿਆ ਗਿਆ, ਬਲਬ ਖਰਾਬ ਹੈ, ਪੱਖਾ ਖਰਾਬ ਹੈ, ਲਾਈਟ ਖਰਾਬ, ਉਹ ਦੇਖਦਾ। ਠੀਕ, ਮੈਂ ਸਿੱਖਿਆ ਸੁਧਾਰ ਵਾਲਾ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੁੰਦਾ। ਮੈਂ ਥੋੜ੍ਹਾ ਜਿਹਾ ਪ੍ਰੈਕਟੀਕਲ ਔਰ ਖੁੱਲ੍ਹ ਕੇ ਤੁਹਾਨੂੰ ਪੁੱਛਾਂ ਬੈਂਸ ਸਾਹਿਬ, ਦੇਖੋ ਹਰ ਵਾਰ ਜਦ ਗੱਲ ਘੁੰਮ ਫਿਰ ਕੇ ਆਉਂਦੀ ਹੈ ਨਾ ਕਿ ਸਰਕਾਰੀ ਸਕੂਲ ਤੁਸੀਂ ਬਣਾਤੇ ਬਹੁਤ ਵਧੀਆ, ਇੱਕ ਫੈਕਟ ਇਹ ਵੀ ਹੈ ਕਿ ਜਿਹੜੇ ਖਾਸ ਤੌਰ 'ਤੇ ਸ਼ਹਿਰਾਂ ਦੇ ਸਕੂਲ ਹੈ ਉੱਥੇ ਬਹੁਤ ਵੱਡੀ ਗਿਣਤੀ 'ਚ ਪ੍ਰਵਾਸੀ ਬੱਚੇ ਵੀ ਪੜ੍ਹ ਰਹੇ ਹੈ। ਚਲੋ ਕੋਈ ਪ੍ਰੋਬਲਮ ਨਹੀਂ, ਉਹ ਵੀ ਬੱਚੇ, ਉਹਨਾਂ ਨੇ ਵੀ ਪੜ੍ਹਨਾ। ਫਿਰ ਵਾਰ ਵਾਰ ਗੱਲ ਹੁੰਦੀ ਹੈ ਕਿ ਟੀਚਰਾਂ ਦੇ ਬੱਚੇ ਉੱਥੇ ਪੜ੍ਹਨ, ਕਿ ਬਾਕੀ ਪ੍ਰੈਕਟੀਕਲ ਗੱਲ ਪੋਸੀਬਲ ਹੈ ਕਿ ਹੁਣ ਜਿਹੜੇ ਟੀਚਰ ਦੇ ਕੋਲ 20-50 ਹਜ਼ਾਰ ਰੁਪਏ ਸੈਲਰੀ ਆ ਰਹੀ ਹੈ ਜਾਂ ਕੋਈ ਹੋਰ ਚੰਗੇ ਪੈਸੇ ਕਮਾ ਰਿਹਾ, ਉਹ ਜੇ ਪ੍ਰਾਈਵੇਟ ਸਕੂਲ 'ਚ ਜਾਂਦਾ ਤਾਂ ਕੀ ਪ੍ਰੋਬਲਮ ਹੈ? ਇੱਕ ਇਹ ਧਾਰਨਾ ਤੋੜਨ ਦੀ ਲੋੜ ਹੈ ਕਿ ਹਾਂ, ਮਤਲਬ ਪ੍ਰਾਈਵੇਟ 'ਚ ਜਾਣਾ ਨਹੀਂ ਆ, ਸਰਕਾਰੀ 'ਚ ਜੇ ਬੱਚੇ ਟੀਚਰਾਂ ਦੇ ਪੜ੍ਹਨ ਲੱਗ ਜਾਣਗੇ ਤਾਂ ਹੀ ਉਹਦੇ ਪਰ ਸਟੈਂਪ ਲੱਗੂਗੀ, ਵਧੀਆ ਹੋ ਗਿਆ। ਠੀਕ ਕਹਿ ਰਹੇ ਹੋ ਤੁਸੀਂ, ਦੇਖੋ ਮੈਂ ਇਕੱਲਾ ਸ਼ਹਿਰਾਂ ਦੀ ਗੱਲ ਨਹੀਂ, ਈਵਨ ਜੇ ਤੁਸੀਂ ਪੇਂਡੂ ਹਾਲਾਤ ਦੇਖੋ ਜਾ ਕੇ, ਉੱਥੇ ਵੀ ਬਹੁਤੇ ਸਕੂਲ ਇੱਦਾਂ ਦੇ ਨੇ ਜਿੱਥੇ ਸਿਰਫ ਪ੍ਰਵਾਸੀ ਬੱਚੇ ਪੜ੍ਹ ਰਹੇ ਨੇ। ਕਿਉਂਕਿ ਹੋਇਆ ਕੀ ਕਿ ਪਿਛਲੇ ਸਮੇਂ 'ਚ, ਹੁਣ ਕੋਈ ਵੀ ਮਾਤਾ ਪਿਤਾ ਹੈ ਗੌਰਵ, ਠੀਕ ਹੈ, ਕੋਈ ਵੀ ਮਾਤਾ ਪਿਤਾ, ਉਹਦਾ ਇੱਕੋ ਹੀ ਸੁਪਨਾ ਹੁੰਦਾ, ਚਾਹੇ ਉਹ ਦਿਹਾੜੀਦਾਰ ਹੈ, ਚਾਹੇ ਉਹ ਯਾਨੀ ਅਰਬਾਪਤੀ ਹੈ, ਉਹਦਾ ਇਹ ਸੁਪਨਾ ਹੋਊਗਾ ਮੇਰਾ ਬੱਚਾ ਸਭ ਤੋਂ ਸ਼ਾਨਦਾਰ ਸਕੂਲ 'ਚ ਪੜ੍ਹੇ। ਹੁਣ ਜਦੋਂ ਸਕੂਲ 'ਚ ਹੈ ਹੀ ਕੁਛ ਨਹੀਂ,
ਤਾਂ ਲੋਕ ਈਵਨ ਟੀਚਰਸ ਨੂੰ ਵੀ ਆਪਾਂ ਕਿਉਂ ਬਲੇਮ ਕਰੀਏ ਜਾਂ ਕਿਸੇ ਹੋਰ ਨੂੰ ਕਿਉਂ ਬਲੇਮ ਕਰੀਏ, ਅੱਜ ਉਹ ਮੁਹੱਈਆ ਕਰਾ ਰਹੇ ਹੈ। ਅਤੇ ਜਿਵੇਂ ਸਾਡਾ ਸਕੂਲ ਆਫ ਐਮੀਨੈਂਸ ਹੈ, ਮੈਂ ਤੁਹਾਡੇ ਨਾਲ ਵਾਅਦਾ ਕਰ ਰਿਹਾ, ਪਹਿਲਾ ਸਾਲ ਸੀ, ਅੱਜ ਤੋਂ ਹੋਰ ਸਾਲ ਦੋ ਸਾਲ ਬਾਅਦ ਇਹਦੇ ਲਈ ਯਾਨੀ ਇੰਨਾ ਟਫ ਕੰਪੀਟੀਸ਼ਨ ਹੋਇਆ ਕਰੂਗਾ ਕਿ ਈਵਨ ਜਿਹੜੇ ਸਭ ਤੋਂ ਅਮੀਰ ਲੋਕ ਉਹ ਵੀ ਉਹਨਾਂ ਦੇ ਵੀ ਇਹ ਖੁਆਇਸ਼ ਹੋਊਗੀ ਕਿ ਸਾਡੇ ਬੱਚੇ ਨੂੰ ਦਾਖਲਾ ਸਕੂਲ ਆਫ ਐਮੀਨੈਂਸ 'ਚ ਮਿਲੇ। ਬਿਕੋਜ਼ ਯੂ ਹੈਵ ਟੂ ਗਿਵ ਅ ਕੁਆਲਿਟੀ, ਜਦੋਂ ਤੁਸੀਂ ਇੱਕ ਵਧੀਆ ਸਿੱਖਿਆ ਦਿਓਗੇ ਤਾਂ। ਮੈਨੂੰ ਲੋਕ ਕਹਿੰਦੇ ਸੀ ਲੀਡਰਾਂ ਦੇ ਬੱਚੇ ਕਿਉਂ ਨਹੀਂ ਪੜ੍ਹਦੇ, ਮੈਂ ਕਿਹਾ ਲੀਡਰ ਤਾਂ ਸਭ ਕੁਛ ਮੁਫਤ ਲੈਣ ਦੇ ਸ਼ੌਕੀਨ ਹੁੰਦੇ ਨੇ, ਟੋਲ ਨਹੀਂ ਦੇਣਾ ਚਾਹੁੰਦੇ, ਬਿਜਲੀ ਦਾ ਬਿੱਲ ਨਹੀਂ ਦੇਣਾ ਚਾਹੁੰਦੇ। ਮੈਂ ਕਿਹਾ ਜੇ ਸਕੂਲ ਵਧੀਆ ਹੋ ਗਏ ਸਾਰੇ ਆਪਣੇ, ਜਦੋਂ ਹੈ ਹੀ ਨਹੀਂ, ਜਦੋਂ ਦੇਖੂਗਾ ਬੰਦਾ ਵੀ ਚਾਰ ਦੀਵਾਰੀ ਹੈ ਨਹੀਂ ਤੇ ਕੌਣ ਜਾਏਗਾ ਕੋਈ ਵੀ ਆਪਣਾ। ਮੈਂ ਤਾਂ ਇਹ ਕਹਿੰਦਾ ਕਿ ਦੇਖੋ ਇਸੇ ਕਰਕੇ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਬਹੁਤ ਜ਼ਿਆਦਾ ਪ੍ਰਫੁੱਲਿਤ ਹੋਇਆ, ਜਿਹੜੇ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ, ਉਸ ਨੂੰ ਮਜਬੂਰ ਹੋ ਕੇ ਬਣਾਏ ਬੜੇ ਸੋਹਣੇ। ਨਹੀਂ ਉਹ ਤੁਹਾਡਾ ਪੁਆਇੰਟ ਵੀ ਹੁਣ ਵੀ ਮੈਨੂੰ ਬਹੁਤ ਸਾਰੇ ਮਾਤਾ ਪਿਤਾ ਮੈਨੂੰ ਨਿੱਜੀ ਮੈਸੇਜ ਕਰਦੇ ਆ ਵੀ ਤੁਹਾਡੇ ਕਹਿਣ ਤੇ ਅਸੀਂ ਆਪਣਾ ਬੱਚਾ ਸਕੂਲ 'ਚ ਪਾ ਦਿੱਤਾ। ਕਈ ਵਾਰੀ ਬਾਅਦ 'ਚ ਇਹ ਵੀ ਕਹਿੰਦੇ ਪਾ ਦਿੱਤਾ ਹੁਣ ਇਹ ਕਮੀਆਂ ਜੀ ਸਰ ਦੂਰ ਕਰੋ, ਉਹ ਦੱਸਦੇ ਨੇ ਤੇ ਅਸੀਂ ਉਹ ਦੂਰ ਕਰ ਵੀ ਰਹੇ ਹਾਂ। ਇਹ ਕੋਈ ਗੌਰਵ ਇੱਦਾਂ ਦਾ ਕੰਮ ਨਹੀਂ, ਮੈਂ ਅਜੇ ਕਹਿ ਦਵਾਂ ਕਿ ਮੈਂ ਹੋਰ 2 ਮਹੀਨੇ 'ਚ 20,000 ਸਕੂਲ ਬਹੁਤ ਲੰਬਾ 2 ਸਾਲ 4 ਸਾਲ ਇਹ ਆਪਣੇ ਟੈਨਿਓਰ 'ਚ ਵੀ ਐਸ ਇਹ ਲੰਬਾ ਸਫ਼ਰ ਹੈ, ਇਹ ਲੰਬਾ ਸਫ਼ਰ ਹੈ, ਪਰ ਅਸੀਂ ਉੱਧਰ ਨੂੰ ਤੁਰ ਪਏ ਪਰ ਆਲ ਦਾ ਟਾਈਮ ਕਰਦੇ ਰਹਿਣਾ ਪਏਗਾ। ਇਹ ਰੋਜ਼ ਕੁਛ ਨਾ ਕੁਛ ਸੁਧਾਰ, ਰੋਜ਼ ਕੁਛ ਨਾ ਕੁਛ ਹੋ, ਕੱਲੀ ਇਨਫਰਾਸਟ੍ਰਕਚਰ ਵਾਈਜ਼ ਨਹੀਂ, ਟੀਚਰ ਟ੍ਰੇਨਿੰਗ। ਮੈਂ ਉਸੇ ਪੁਆਇੰਟ ਤੇ ਆ ਰਿਹਾ ਕਿ ਹੋਰ ਵੀ ਫੋਕਸ ਕਿਤੇ ਤੁਸੀਂ ਇਨਫਰਾ ਦੇ ਉੱਤੇ ਤਾਂ ਨਹੀਂ ਕਰੀ ਜਾ ਰਹੇ। ਇਨਫਰਾਸਟ੍ਰਕਚਰ ਇੱਕ ਹਿੱਸਾ ਹੈ, ਕਿਉਂਕਿ ਇਨਫਰਾਸਟ੍ਰਕਚਰ ਦਿਸਦਾ। ਤੁਸੀਂ ਕਦੇ ਵੀ ਆਪਣੇ ਬੱਚੇ ਨੂੰ ਸਕੂਲ 'ਚ ਨਹੀਂ ਭੇਜੋਗੇ ਜਿੱਥੇ ਬਾਥਰੂਮ ਹੀ ਹੈ ਨਹੀਂ, ਜਿੱਥੇ ਤੁਸੀਂ ਦੇਖੋਗੇ ਯਾਰ ਚਾਰ ਦੀਵਾਰੀ ਹੈ ਨਹੀਂ, ਜਿੱਥੇ ਦੇਖੋਗੇ ਕਿ ਕਲਾਸਰੂਮ ਹੀ ਹੈ ਨਹੀਂ। ਠੀਕ ਹੈ, ਇਹ ਚੀਜ਼ਾਂ ਹੈਗੀਆਂ ਜੋ ਬਾਹਰੀ ਤੌਰ 'ਤੇ ਦਿਖਦੀਆਂ। ਉਸ ਤੋਂ ਬਾਅਦ ਤੁਸੀਂ ਪ੍ਰੈਫਰ ਕਰੋਗੇ ਰਿਜ਼ਲਟਸ, ਜਿਵੇਂ ਇਸ ਸਾਲ ਦੇ ਜਿਹੜੇ ਰਿਜ਼ਲਟ ਸੀਗੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਦੇ ਵਿੱਚ ਸਰਕਾਰੀ ਸਕੂਲਾਂ 'ਚ ਸਭ ਤੋਂ ਸ਼ਾਨਦਾਰ ਸੀ। ਮੈਂ ਸਿਰਫ ਪਾਸਿੰਗ ਪਰਸੈਂਟੇਜ ਦੀ ਗੱਲ ਨਹੀਂ ਕਰੂੰਗਾ, ਪਾਸਿੰਗ ਪਰਸੈਂਟੇਜ ਨੂੰ ਸਾਈਡ 'ਤੇ ਰੱਖ ਦਿਉ, ਸਾਡੀ ਜਿਹੜੀ ਮੈਰਿਟ ਹੈ ਉਹ 2 ਗੁਣਾ ਵਧੀਆਂ, ਪ੍ਰਾਈਵੇਟ ਦੀਆਂ ਘਟੀਆਂ ਨੇ। ਜੇਕਰ ਕੋਈ ਇਹ ਤਰਕ ਦੂਗਾ ਜੀ ਪੇਪਰ ਸੌਖਾ ਆ ਗਿਆ ਹੋਣਾ ਇਸ ਸਾਲ, ਪ੍ਰਾਈਵੇਟ ਦੀ ਘਟੀਆਂ ਸਾਡੇ ਦੇ ਵਿੱਚ 100 ਗੁਣਾ ਇਜਾਫਾ। ਸਭ ਤੋਂ ਵੱਧ 80% ਤੋਂ ਵੱਧ ਬੱਚੇ ਇਸ ਸਾਲ 'ਚ, ਸਭ ਤੋਂ ਵੱਧ 60% ਤੋਂ ਵੱਧ ਬੱਚੇ ਇਸ ਸਾਲ 'ਚ। ਤਾਂ ਅਸੀਂ ਬਹੁਤ, ਅਤੇ ਇਹਦੇ ਲਈ ਕੋਈ ਇਕੱਲਾ ਹਰਜੋਤ ਬੈਂਸ ਦਾ ਕ੍ਰੈਡਿਟ ਨਹੀਂ ਜਾਂ ਮਾਨ ਸਾਹਿਬ ਦਾ ਕ੍ਰੈਡਿਟ, ਇਹਦੇ ਲਈ ਇਹ ਹੈ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਇੱਕ ਚੰਗੀ ਸਰਕਾਰ ਆਈ ਹੈ, ਇੱਕ ਇੱਦਾਂ ਦਾ ਮੁੱਖ ਮੰਤਰੀ ਹੈ ਜੋ ਸਿੱਖਿਆ ਪ੍ਰਤੀ ਸੰਵੇਦਨਸ਼ੀਲ ਹੈ, ਉਹ ਟੀਚਰਸ ਉਹਨਾਂ ਦਾ ਕੌਨਫੀਡੈਂਸ ਵੱਧਦਾ। ਠੀਕ ਹੈ,